ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਤ ਸਾਧ ਸੰਗਤ ਨੂੰ ਅੱਜ ਦੇ ਇਸ ਮਹਾਨ ਦਿਹਾੜੇ ਮੇਰੀ ਪੀੜੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਅੱਜ ਗੁਰਦੁਆਰਾ ਐਮ ਐਸ ਬਲਾਕ ਹਰੀਨਗਰ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਮੇਰੀ ਪੀਰੀ ਦਿਵਸ ਦੇ ਇਸ ਮੌਕੇ ਤੇ, ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਅਖਾੜਾ, ਉਹਨਾਂ ਦੇ ਵੀਰ ਅਤੇ ਜਿਹੜੀ ਗਰਮੀਆਂ ਦੀਆਂ ਛੁੱਟੀਆਂ ਗੁਰਦੁਆਰਾ ਐਮ ਐਸ ਬਲਾਕ ਵਿਖੇ ਗੁਰਮਤਿ ਕੈਂਪ ਲੱਗੇ, ਉਹਦੇ 'ਚ ਅਖਾੜੇ ਦੀ ਗੱਤਕੇ ਦੀ ਵਿੱਦਿਆ ਬੱਚਿਆਂ ਨੇ ਜਿਨ੍ਹਾਂ ਨੇ ਗ੍ਰਹਿਣ ਕੀਤੀ। ਖਾਲਸਾ ਸ਼ਬਦ ਚੌਂਕੀ ਸੇਵਕ ਜਥੇ ਦੇ ਬੱਚੇ ਸਾਰੇ ਰਲ ਕੇ ਇੱਥੇ ਗੱਤਕੇ ਦਾ ਪ੍ਰਦਰਸ਼ਨ ਕਰਨਗੇ, ਅਖਾੜੇ ਦਾ ਜੌਹਰ ਵਿਖਾਉਣਗੇ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਅਖਾੜੇ ਦੇ ਜਥੇਦਾਰ ਮਨਜੀਤ ਸਿੰਘ ਜੀ ਉਹ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਪਹੁੰਚ ਚੁੱਕੇ ਨੇ। ਉਹਨਾਂ ਦੇ ਨਾਲ ਜਸਪ੍ਰੀਤ ਸਿੰਘ ਜੀ ਅਤੇ ਹਨੀ ਜੀ, ਉਹ ਵੀ ਸਾਰੇ ਬੱਚਿਆਂ ਨੂੰ ਤਿਆਰ ਕਰਕੇ ਇੱਥੇ ਪਹੁੰਚ ਚੁੱਕੇ ਹੈ। ਬਸ ਪੰਜ ਇੱਕ ਮਿੰਟਾਂ 'ਚ ਹੀ ਇਹ ਜਿਹੜਾ ਅੱਜ ਦਾ ਵਿਸ਼ੇਸ਼ ਉਪਰਾਲਾ ਹੈ, ਅਖਾੜੇ ਦਾ ਗੱਤਕੇ ਦਾ ਜਿਹੜਾ ਜੌਹਰ ਹੈ ਉਹ ਹੁਣੇ ਆਰੰਭ ਹੋਣ ਜਾ ਰਿਹਾ। ਜਿਹੜੇ ਵੀਰਾਂ ਨੇ ਇੱਥੇ ਸਲਾਮੀ ਲੈਣੀ ਹੈ ਉਹ ਸ਼ਸਤਰ ਟੇਬਲ 'ਤੇ ਤਿਆਰ ਹੋ ਗਏ ਨੇ। ਗੁਰਦੁਆਰੇ ਵੱਲ ਜੋ ਕਿ ਮੁੱਖ ਕਰਕੇ ਸਾਰੇ ਜਕਾਰੇ ਲਾਉਂਦੇ ਹੋਏ ਹੁਣੇ ਇਹਦੀ ਆਰੰਭਤਾ ਕਰਨਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਉਪਰਾਲਾ ਹੈ, ਵਿਸ਼ੇਸ਼ ਤੌਰ 'ਤੇ ਸੰਗਤਾਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਹੈ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅੱਜ ਸੰਗਤ ਨੂੰ ਇੱਕ ਸੁਨੇਹਾ ਦਿੱਤਾ। ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਔਰ ਅੱਜ ਦੇ ਦਿਨ ਇਸ ਮਹਾਨ ਪੁਰਬ ਨੂੰ ਮਨਾਉਂਦੇ ਹੋਏ ਇਹ ਯਤਨ ਕੀਤਾ ਕਿ ਸੰਗਤ ਨੂੰ ਅਸੀਂ ਇਹ ਸੁਨੇਹਾ ਦੇ ਸਕੀਏ। ਸਮੁੱਚੇ ਜਥੇ ਦੇ ਵੀਰ ਬੀਬੀਆਂ ਭੈਣਾਂ ਬੱਚੀਆਂ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਤਿਆਰ ਹੋ ਕੇ ਪਹੁੰਚੇ ਨੇ। ਮੈਂ ਜਿੱਥੇ ਹੁਣ ਬੇਨਤੀ ਕਰਾਂਗਾ ਜਥੇਦਾਰ ਮਨਜੀਤ ਸਿੰਘ ਜੀ ਨੂੰ ਕਿ ਹਨੀ ਜੀ ਨਾਲ ਔਰ ਸਾਰਿਆਂ ਨਾਲ ਗੱਲ ਕਰਕੇ ਆਪਾਂ ਬਹੁਤਾ ਲੇਟ ਨਾ ਕਰੀਏ। ਅੱਧਾ ਘੰਟਾ ਲਗਭਗ ਇਹ ਸਮਾਗਮ ਜੋ ਇਹ ਪ੍ਰੋਗਰਾਮ ਹੈ ਲੇਟ ਹੋ ਚੁੱਕਿਆ, ਸੋ ਅਸੀਂ ਸਮੇਂ ਸਿਰ ਇਸ ਪ੍ਰੋਗਰਾਮ ਨੂੰ ਆਰੰਭ ਕਰੀਏ ਤਾਂ ਕਿ ਜਿਹੜਾ 9 ਵਜੇ ਦਾ ਸਾਡਾ ਸਮਾਪਤੀ ਦਾ ਸਮਾਂ ਸੀ ਅਤੇ ਅਸੀਂ ਕੋਸ਼ਿਸ਼ ਕਰੀਏ ਕਿ 9:15 ਔਰ 9:30 ਦੇ ਵਿਚਕਾਰ ਹੈ ਸਾਰਾ ਜਿਹੜਾ ਅਖਾੜੇ ਦਾ ਗੱਤਕੇ ਦੀ ਪਰਫੋਰਮੈਂਸ ਹੈ ਉਹ ਸਮਾਪਤ ਹੋ ਸਕੇ। ਸੋ ਸਾਰਿਆਂ ਨੇ ਇੱਕ ਜਕਾਰੇ ਰਾਹੀਂ ਇਹਨਾਂ ਨੂੰ ਪ੍ਰਵਾਨਗੀ ਬਖਸ਼ਣੀ ਹੈ। ਬੋਲੇ ਸੋ ਨਿਹਾਲ। ਸੋ ਇਹ ਹੁਣ ਸਾਰਾ ਹੀ ਸਮਾਗਮ ਜੋ ਹੈ ਆਰੰਭ ਹੋਣ ਜਾ ਰਿਹਾ। ਸੋ ਆਪ ਸਾਰੀ ਸੰਗਤ ਨੇ ਇਕਾਗਰਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
रहूगा। ओ जिन्ने भी वादी की कीती एनी गल सोच लैणियो, सूद नाल मुड़दा व्याज रहूगा, सूद नाल मुड़दा व्याज रहूगा। खालसा वाहिगुरु जी की फतेह।
संत ज्ञानी संत बाबा जरनैल सिंह जी खालसा जी भिंडरां वालियां दी सुचची अगवाई विच चल रहे धर्म युद्ध मोर्चे ने जदों निर्णायक रूप लेना शुरू कर दिता तां समें दीआं सरकारां नूं हत्थां पैरां दी पै गई। हाकमां ने सी आई डी लैण खातर माहर जसूसां दी इक टीम नूं श्री हरिमंदर साहिब कंपलैक्स विच भेजिआ। जसूसां दे मुखी ने उत्थे की वेख्या ते दिल्ली जाके की रिपोर्ट पेश कीती। ओ सवेरे दीआं सत्रां वीर कुलवंत सिंह कुरैया दीआं लिखीआं होईआं मोहरां वालीआं दे जथे पासों सुणदे ही चलणा।
ਸਾਡਾ ਹੋਲਾ ਲੋਕਾਂ ਦੀ ਬੋਲੀ ਸਾਡਾ ਬੋਲਾ ਤੁਹਾਡੇ ਕੱਚੇ ਸਾਡੇ ਕਛਹਿਰੇ ਘੜੀਆਂ ਮੁੱਛਾਂ ਸਾਡੇ ਹੋਰਾਂ ਦੀ ਹੋਲੀ ਸਾਡਾ ਹੋਲਾ ਲੋਕਾਂ ਦੀ ਬੋਲੀ ਸਾਡਾ ਬੋਲਾ ਤੁਹਾਡੇ ਕੱਚੇ ਸਾਡੇ ਕਛਹਿਰੇ ਘੜੀਆਂ ਮੁੱਛਾਂ ਸਾਡੇ ਵਛਹਿਰੇ ਅੰਮ੍ਰਿਤ ਜਲ ਹੋਇਓ ਤਗੜੇ ਜਿਹੜੇ ਰਹਿ ਗਏ ਜਾਣੇ ਰਹੇ ਬਾਕੀ ਦਲ ਵੀ ਸਾਡੇ ਆਪ ਦੇ ਇਕੱਠੇ ਹੋਣ ਤਾਂ ਇੱਕੋ ਜਾਪ ਦੇ ਵਾਕਣਾ ਸਮਝੋ ਇੱਕੋ ਸਰੂਪ ਜਾਨ ਤੋਂ ਪਿਆਰਾ ਤੈਨੂੰ ਤੇਰਾ ਖਾਲਸਾ ਇੱਕੋ ਸਵਾ ਲੱਖ ਲਈ ਬਥੇਰਾ ਖਾਲਸਾ ਚੜ੍ਹਦੀ ਕਲਾ ਚ ਤੇਰਾ ਪੰਥ ਹੈ ਪਿਆਰਾ ਆਇਆ ਜੋ ਮਟਾਉਣ ਲੱਭਿਆ ਨੀ ਭਾਲਿਆ ਜੋ ਜੋ
ਤਲਵਾਰ ਖਿੱਚੀਏ ਪਿਆਰਿਓ ਗੁਰੂ ਕੇ ਸਫਰ ਸ਼ੇਰ ਬਲਵੰਤ ਸਿੰਘ ਨੇ ਕਹਿੰਦੇ ਖਿੱਚੀ ਜਦੋਂ ਪ੍ਰੇਮ ਸਿੰਘ ਸੂਰਮੇ ਮਿਆਨ ਵਿੱਚੋਂ ਲਾਈ ਜਾਂਦੇ ਢੇਰ ਵੇਖੋ ਜ਼ਾਲਮਾਂ ਦੇ ਸੂਰੀਆਂ ਬੜੇ ਬੜੇ ਸੂਰੀਆਂ ਨੂੰ ਲੱਗਦੇ ਹੀ ਕਰਦੀ ਹੈ ਸੀਰ ਸੀਰ ਕਰਦੀ ਕਰਦੀ ਮੇਰਾ ਨਾਂ ਹੈ ਸਿੰਘ ਬੋਤਾ ਮੈਂ ਰਾਹ ਦੇ ਵਿੱਚ ਖੜੋਤਾ ਮੇਰੇ ਹੱਥ ਵਿੱਚ ਛੋਟਾ ਮੋਟਾ ਤੂੰ ਨਲਾਇਕ ਖੋਤਾ ਤੈਥੋਂ ਰਾਜ ਨਹੀਂ ਹੋਤਾ ਤੂੰ ਡਰ ਕੇ ਜਾਏਗਾ ਰੋਤਾ ਕਹਿੰਦੀ ਸਾਡੀ ਭਾਬੋ ਖਾਨੋ ਤੇਰਾ ਸੇਵਰ ਹੈ ਸਿੰਘ ਬੋਤਾ ਆਪਣੀ ਜੇਬਾਂ ਦਾ ਆਪਣੇ ਮੋਬਾਈਲ ਦਾ ਆਪਣੇ ਸਾਰਿਆਂ ਦਾ ਜੋ ਵੀ ਹੈ ਸਮਾਨ ਦਾ ਧਿਆਨ ਰੱਖਣਾ ਇੱਕ ਜਕਾਰਾ ਲਾਓ ਬੋਲੇ ਸੋ ਨਿਹਾਲ ਧਰਮ ਯੁੱਧ ਮੋਰਚੇ ਨੇ ਜਦੋਂ ਨਿਰਨਾਇਕ ਰੂਪ ਲੈਣਾ ਸ਼ੁਰੂ ਕਰ ਦਿੱਤਾ ਤਾਂ ਸਮੇਂ ਦੀਆਂ ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆਗਮਾਂ ਨੇ ਸੀ ਆਈ ਡੀ ਲੈਣ ਖਾਤਰ ਮਾਹਰ ਜਸੂਸਾਂ ਦੀ ਇੱਕ ਟੀਮ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਭੇਜਿਆ ਜਸੂਸਾਂ ਦੇ ਮੁਖੀ ਨੇ ਉੱਥੇ ਕੀ ਵੇਖਿਆ ਤੇ ਦਿੱਲੀ ਜਾ ਕੇ ਕੀ ਰਿਪੋਰਟ ਪੇਸ਼ ਕੀਤੀ ਉਹ ਸਵੇਰੇ ਦੀਆਂ ਸਤਰਾਂ ਵੀਰ ਕੁਲਵੰਤ ਸਿੰਘ ਗੁਰਾਇਆ ਦੀਆਂ ਲਿਖੀਆਂ ਹੋਈਆਂ ਮੋਹਰਾਂ ਵਾਲੀਆਂ ਦੇ ਜੱਥੇ ਪਾਸੋਂ ਸੁਣਦੇ ਹੀ ਚੱਲਣਾ ਦੱਸਦਾ ਸੂਈਆ ਦਿੱਲੀ ਜਾ ਕੇ ਰਾਣੀ ਨੂੰ
Shut up.
ਸਹਾਵੈ ਮਹਾਂਪੁਰ ਪਾਵੈ ਆਉ ਤਰੈ ਰਾਜ ਪਾਵੈ ਮਹਾਂਭਾਵ ਸੋ ਜੋ ਕਰੇ ਤੋਰ ਪੂਜਨ ਸਮਰਜੀਤ ਕੈ ਸੂਰ ਹਵੈ ਹੈ ਅਦੂਜਨ ਜੋ ਜੋ
ਸਭ ਦੇ ਗੱਭਰੂ ਪੌਣਾ ਨਾਲ ਗੱਲਾਂ ਕਰ ਗਏ ਚਿੱਟਾ ਜਿਹੜੇ ਖੂਨ ਸੀ ਕਹਿੰਦੇ ਬਰਫ ਦੇ ਵਾਂਗੂ ਠਰ ਗਏ ਸਾਰਿਆਂ ਨੂੰ ਬੇਨਤੀ ਹੈ, ਪਤਾ ਲੱਗਣਾ ਚਾਹੀਦਾ ਅੱਜ ਅਸੀਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ ਔਰ ਸਿੰਘਾਂ ਦਾ ਇੱਥੇ ਇਕੱਠ ਹੋਇਆ, ਗੱਜ ਕੇ ਜਵਾਬ ਦਿਓ ਬੋਲੇ ਸੋਨਹਾਰ ਦੇਖ 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 ਪੰਥ ਕੀ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਸੱਚ ਤੇ ਦੀਵਾਨ ਰਹੇ ਆਗਿਆ ਪਈ ਤਵੇ ਚਲਾਇਆ ਸਭ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਾਰੀ ਸੰਗਤ ਦਾ ਜਿੱਥੇ ਧੰਨਵਾਦ ਹੈ ਉੱਥੇ ਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਅਖਾੜੇ ਦੇ ਸਮੁੱਚੇ ਵੀਰਾਂ ਦਾ, ਬੱਚਿਆਂ ਦਾ, ਬੀਬੀਆਂ ਦਾ, ਭੈਣਾਂ ਦਾ, ਅਤੇ ਨਾਲ ਹੀ ਖਾਲਸਾ ਸ਼ਬਦ ਚੌਂਕੀ ਸੇਵਕ ਜਿੱਥੇ ਦੇ ਬੱਚੇ ਜਿਨ੍ਹਾਂ ਨੇ ਗੁਰਮਤਿ ਕੈਂਪ 'ਚ ਅਖਾੜੇ ਦੀ ਗੱਤਕੇ ਦੀ ਵਿੱਦਿਆ ਲਈ ਹੈ। ਮੈਂ ਹੁਣ ਬੇਨਤੀ ਕਰਨ ਜਾ ਰਿਹਾ ਕਿ ਜਥੇਦਾਰ ਮਨਜੀਤ ਸਿੰਘ ਜੀ ਨੂੰ, ਜੋ ਕਿ ਇੱਕ ਸਰੋਪਾ ਅਤੇ ਮੋਮੈਂਟੋ ਅਸੀਂ ਸਾਰਿਆਂ ਨੂੰ ਦੇਣਾ, ਪਰ ਸਭ ਤੋਂ ਪਹਿਲੇ ਜਥੇਦਾਰ ਜੀ ਨੂੰ ਦੇ ਰਹੇ ਹਾਂ। ਸੋ ਉਹਨਾਂ ਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਪਰਮਜੀਤ ਸਿੰਘ ਵੀਰ ਜੀ ਅਤੇ ਜਸਪ੍ਰੀਤ ਸਿੰਘ ਜੀ, ਵਿੰਕਲ ਜੀ, ਹਨੀ ਵੀਰ, ਸਾਰੇ ਹੀ ਕਿਰਪਾ ਕਰਕੇ ਚਾਰੋਂ ਜਣੇ ਇੱਥੇ ਆ ਜਾਓ। ਅਤੇ ਨਾਲ ਮੈਂ ਬੇਨਤੀ ਕਰਾਂਗਾ ਸਾਡੇ ਜਨਰਲ ਸਕੱਤਰ ਸਾਹਿਬ ਜਤਿੰਦਰਪਾਲ ਸਿੰਘ ਬੱਬੂ ਵੀਰ ਜੀ ਅਤੇ ਨਾਲ ਹੀ ਸਰਦਾਰ ਹਰਭਜਨ ਸਿੰਘ ਜੀ, ਸਰਦਾਰ ਜਸਪਾਲ ਸਿੰਘ ਜੀ, ਸਰਦਾਰ ਮੰਗਾ ਵੀਰ ਜੀ ਕਿੱਥੇ ਨੇ, ਕਿਰਪਾ ਕਰਕੇ ਅੱਗੇ ਆ ਜਾਓ। ਕੰਬੋਜ ਸਾਹਿਬ ਆ ਜਾਓ, ਏ ਪੀ ਵੀਰ ਜੀ ਅੱਗੇ ਆ ਜਾਓ, ਅਸੀਂ ਇਹਨਾਂ ਦਾ ਸਤਿਕਾਰ ਕਰਨਾ। ਸੋ ਏ ਪੀ ਵੀਰ ਜੀ ਸਰੋਪੇ ਚੁੱਕਣਾ। ਮੇਰੀ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ, ਲੰਗਰ ਇੰਚਾਰਜ ਨੇ, ਉਹਨਾਂ ਨੂੰ ਬੇਨਤੀ ਹੈ ਕਿ ਇਸ ਤੋਂ ਬਾਅਦ ਅਸੀਂ ਲੰਗਰ ਵਾਸਤੇ ਸੰਗਤ ਨੇ ਗੁਰਦੁਆਰਾ ਸਾਹਿਬ ਆਉਣਾ। ਸੋ ਆਪ ਲੰਗਰ ਦੀ ਪੂਰੀ ਤਿਆਰੀ ਰੱਖੋ, ਇਸ ਤੋਂ ਬਾਅਦ ਅਸੀਂ ਆ ਕੇ ਸਾਰੀ ਸੰਗਤ ਨੇ ਉੱਥੇ ਲੰਗਰ ਛਕਣਾ। ਔਰ ਹਰ ਆਪਣੇ ਐੱਮ ਐੱਸ ਬਲਾਕ ਦੇ ਸਮੂਹ ਵੀਰਾਂ ਨੂੰ ਬੇਨਤੀ ਹੈ ਕਿ ਅਸੀਂ ਸਾਰਿਆਂ ਨੇ ਸੇਵਾ 'ਚ ਹਿੱਸਾ ਪਾਉਣਾ। ਪਹਿਲੇ ਜਿਹੜੀ ਬਾਹਰੋਂ ਸੰਗਤ ਆਈ ਹੈ, ਬੱਚੇ ਆਏ ਨੇ, ਵੀਰ ਆਏ ਨੇ, ਇਹਨਾਂ ਨੂੰ ਅਸੀਂ ਪਹਿਲੇ ਰਲ ਕੇ ਲੰਗਰ ਛਕਾਵਾਂਗੇ। ਸੋ ਹੁਣ ਮੈਂ ਬੇਨਤੀ ਕਰਨ ਜਾ ਰਿਹਾ ਸਾਡੇ ਜਨਰਲ ਸਕੱਤਰ ਸਾਹਿਬ, ਉਹ ਇੱਕ ਸਰੋਪਾ ਅਤੇ ਨਾਲ ਹੀ ਮੰਗਾ ਵੀਰ ਜੀ ਉਹਨਾਂ ਦੇ ਨਾਲ ਆ ਜਾਣ। ਸੋ ਕਿਰਪਾ ਕਰਕੇ ਬੋਲੇ ਸੋ ਨਿਹਾਲ ਹਰਭਜਨ ਵੀਰ ਜੀ ਅਤੇ ਮੰਗਾ ਵੀਰ ਜੀ, ਜਸਪਾਲ ਵੀਰ ਜੀ, ਸਾਰੇ ਰਲ ਕੇ ਬੋਲੇ ਸੋ ਨਿਹਾਲ। ਨਾਲ ਹੀ ਪਰਮਜੀਤ ਸਿੰਘ ਵੀਰ ਜੀ ਕਿਰਪਾ ਕਰਕੇ ਅੱਗੇ ਆ ਜਾਣ। ਬੋਲੇ ਸੋ ਨਿਹਾਲ ਜਸਪ੍ਰੀਤ ਸਿੰਘ ਜੀ
ਕਿਰਪਾ ਕਰਕੇ ਤੁਸੀਂ ਵੀ ਅੱਗੇ ਆ ਜਾਓ। ਮਨਮੋਹਨ ਸਿੰਘ ਭਾਅ ਜੀ ਤੁਸੀਂ ਅੱਗੇ ਆ ਜਾਓ। ਕੰਬੋਜ ਸਾਹਿਬ ਸਰਦਾਰ ਸੁਰਿੰਦਰ ਸਿੰਘ ਕੰਬੋਜ ਜੀ ਕਿਰਪਾ ਕਰਕੇ ਅੱਗੇ ਆਉਣ। ਲਓ ਜੀ ਲਓ ਭਾਜੀ ਮਨਮੋਹਨ ਭਾਅ ਜੀ ਤੁਸੀਂ ਨਾਲ ਆ ਜਾਓ। ਬੋਲੇ ਸੋਨਿਹਾਲ ਹਨੀ ਵੀਰ ਜੀ ਏ ਪੀ ਵੀਰ ਜੀ ਅੱਗੇ ਆ ਜਾਣ। ਮਨਮੋਹਨ ਸਿੰਘ ਜੀ ਨਾਲ ਆ ਜਾਓ। ਆਓ ਬੱਬੂ ਵੀਰ ਜੀ ਬੋਲੇ ਸੋਨਿਹਾਲ। ਹੁਣ ਮੈਂ ਬੇਨਤੀ ਕਰਾਂਗਾ ਜਿਹੜੇ ਅਖਾੜੇ ਦੇ ਬੱਚੇ ਨੇ ਉਹ ਇੱਧਰੋਂ ਇੱਕ ਸਾਈਡ ਤੋਂ ਇੱਧਰੋਂ ਆਉਂਦੇ ਜਾਣਗੇ ਔਰ ਉਹਨਾਂ ਦਾ ਕਿਉਂਕਿ ਨਾਂ ਦੀ ਸਾਡੇ ਕੋਲ ਲਿਸਟ ਨਹੀਂ ਹੈ ਸੋ ਇੱਕ ਇੱਕ ਕਰਕੇ ਇੱਧਰੋਂ ਆਉਂਦੇ ਜਾਓ ਅਤੇ ਆਪਣਾ ਆਪਣਾ ਮੋਮੈਂਟੋ ਸਾਰੇ ਲੈਂਦੇ ਜਾਓ। ਸੋ ਸਾਰਿਆਂ ਨੂੰ ਬੇਨਤੀ ਹੈ ਅੱਗੇ ਫੜਾਈ ਜਾਓ ਪਿੱਛੋਂ ਪਿੱਛੋਂ ਆ ਜਾਓ ਪਿੱਛੋਂ ਆ ਜਾਓ ਬੇਟਾ ਪਿੱਛੋਂ ਆ ਜਾਓ। ਅਵਨੀਤ ਵਿਲਖੂ ਜੀ ਸਾਡੇ ਨਾਲ ਆ ਜਾਓ ਕਿਰਪਾ ਕਰਕੇ। ਅਵਨੀਤ ਵਿਲਖੂ ਜੀ ਅਵਨੀਤ ਜੀ ਕਿੱਥੇ ਚਲੇ ਗਏ? ਹਾਂ ਨਾਲ ਤੁਸੀਂ ਦਿਓ ਨਾ ਬੱਚਿਆਂ ਨੂੰ। ਆ ਜਾਓ ਆ ਜਾਓ ਆ ਜਾਓ ਵਿਕਰਮ ਜੀ ਆਓ ਨਾ ਰਾਮਗੜੀ ਸਭਾ ਤੋਂ ਆਇਓ ਤੁਸੀਂ ਦੋਨੋਂ ਵੀਰ ਸਾਡੇ ਆਓ ਨਾਲ ਆਓ। ਇੱਕ ਇੱਕ ਕਰਕੇ ਚੱਲਦੇ ਜਾਓ ਬੇਟਾ ਅੱਗੇ ਨੂੰ ਨਿਕਲਦੇ ਜਾਓ ਬੇਟਾ। ਬੋਲੇ ਸੋਨਿਹਾਲ ਬੋਲੇ ਸੋਨਿਹਾਲ। ਅੱਜ ਸਾਡੇ ਜੋ ਕਿ ਇਸ ਅਖਾੜੇ ਦੇ ਬਹੁਤ ਹੀ ਮੇਨ ਸਾਡੇ ਵੀਰ ਨੇ ਰੂਬੀ ਜੀ ਰਜਵਿੰਦਰ ਸਿੰਘ ਜੀ ਉਹ ਬਾਹਰ ਗਏ ਨੇ ਇਸ ਕਰਕੇ ਉਹ ਨਹੀਂ ਆ ਸਕੇ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਚੱਲਦੇ ਜਾਓ ਬੇਟਾ ਜੀ ਲੈਂਦੇ ਜਾਓ ਔਰ ਚੱਲਦੇ ਜਾਓ। ਇਹ ਸਾਰਿਆਂ ਦਾ ਸਤਿਕਾਰ ਹੈ ਪੂਰੇ ਅਖਾੜੇ ਦਾ ਸਤਿਕਾਰ ਹੈ ਪੂਰੇ ਜੱਥੇ ਦਾ ਸਤਿਕਾਰ ਹੈ। ਸੋ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਯਤਨ ਕੀਤਾ ਹੈ ਕਿ ਅਸੀਂ ਸਾਰਿਆਂ ਦਾ ਬੱਚਿਆਂ ਦਾ ਹੌਸਲਾ ਅਫਜਾਈ ਕਰ ਸਕੀਏ। ਆਓ ਜੀ ਲਓ ਮਠਾਰੂ ਜੀ ਲਓ ਬੋਲੇ ਸੋਨਿਹਾਲ। ਇਹਦੇ 'ਚ ਉਹ ਵੀ ਬੱਚੇ ਨੇ ਜਿਹੜੇ ਖਾਲਸਾ ਸ਼ਬਦ ਚੌਂਕੀ ਸੇਵਕ ਜਿੱਥੇ ਐੱਮ ਐੱਸ ਬਲਾਕ ਗੁਰਦੁਆਰਾ ਸਾਹਿਬ ਦੇ ਬੱਚੇ ਨੇ ਉਹ ਵੀ ਵਿੱਚੇ ਹੀ ਨੇ ਸੋ ਉਹਨਾਂ ਦਾ ਵੀ ਸਾਰਿਆਂ ਦਾ ਜੀਆਂ ਸਤਿਕਾਰ ਹੈ। ਜਥੇਦਾਰ ਮਨਜੀਤ ਸਿੰਘ ਜੀ ਨਾਲ ਖੜੇ ਹੋ ਨਾ ਨਾਲ ਖੜੇ ਹੋ। ਕੰਬੋਜ ਸਾਹਿਬ ਅੱਗੇ ਆਓ। ਬਿੱਟੂ ਵੀਰ ਜੀ ਤੁਸੀਂ ਆਓ ਨਾ ਅੱਗੇ ਆਓ ਵੀਰ ਜੀ ਬਿੱਟੂ ਵੀਰ ਜੀ ਆਓ ਆਓ ਨਾ ਆਓ ਅੱਗੇ ਆਓ ਬਿੱਟੂ ਵੀਰ ਜੀ ਕੰਬੋਜ ਸਾਹਿਬ ਅੱਗੇ ਚਲੋ ਆਓ ਨਾ ਭਾਅ ਜੀ ਜਸਪਾਲ ਜੀ ਅੱਗੇ ਆਓ ਨਾ ਸਾਰੇ ਚੱਲਦੇ ਜਾਓ ਬੇਟਾ ਜੀ ਚੱਲਦੇ ਜਾਓ। ਸਾਰਿਆਂ ਨੂੰ ਬੇਨਤੀ ਹੈ ਇੱਕ ਇੱਕ ਕਰਕੇ ਆਪਣਾ ਮੋਮੈਂਟੋ ਲੈਂਦੇ ਜਾਓ ਅਤੇ ਚੱਲਦੇ ਜਾਓ। ਸਾਰੇ ਜਿਹਨਾਂ ਨੂੰ ਮੋਮੈਂਟੋ ਮਿਲ ਗਿਆ ਹੁਣੇ ਸਾਰੇ ਇੱਧਰ ਇੱਕ ਗਰੁੱਪ ਫੋਟੋ ਲੈਣੀ ਹੈ ਸਾਰਿਆਂ ਨੇ। ਸੋ ਜਿਹਨਾਂ ਨੂੰ ਵੀ ਮੋਮੈਂਟੋ ਮਿਲਿਆ ਇੱਕ ਤਾਂ ਇੱਥੇ ਹੀ ਰਹਿਣਗੇ ਇੱਕ ਗਰੁੱਪ ਫੋਟੋ ਲੈਣੀ ਹੈ ਔਰ ਉਸ ਤੋਂ ਬਾਅਦ ਸਾਰਿਆਂ ਨੇ ਗੁਰਦੁਆਰਾ ਸਾਹਿਬ ਚੱਲ ਕੇ ਲੰਗਰ ਵੀ ਛਕਣਾ। ਸੋ ਸਾਰਿਆਂ ਦਾ ਇਹ ਧੰਨਵਾਦ ਹੈ ਜੀ ਆਇਆਂ ਸਾਰਿਆਂ ਦਾ ਸਤਿਕਾਰ ਹੈ। ਇੱਕ ਵਾਰੀ ਸਾਰੇ ਰਲ ਕੇ ਜਕਾਰਾ ਲਾਇਓ ਬੋਲੇ ਸੋਨਿਹਾਲ। ਆ ਜਾਓ ਮੇਰੇ ਵੀਰ ਜੀ ਆ ਜਾਓ ਚੱਲਦੇ ਜਾਓ। ਇਹ ਬੱਚਿਆਂ ਨੇ ਬਹੁਤ ਸੋਹਣੀ ਮਿਹਨਤ ਕੀਤੀ ਹੈ। ਸਤਿ ਸ਼੍ਰੀ ਅਕਾਲ। ਇਹ ਛੋਟੀ ਛੋਟੀ ਬੱਚੀਆਂ ਇਹਨਾਂ ਨੇ ਦੇਖੋ ਸਿੱਖ ਪੰਥ ਦਾ ਮਾਣ ਵਧਾਇਆ ਔਰ ਇਸ ਜਿਹੜੀ ਗੁਰਮਤਿ ਦਾ ਗਿਆਨ ਹੈ ਜਿਹੜੀ ਗੁਰੂ ਦੀ ਸੋਝੀ ਹੈ ਜਿਹੜੀ ਸ਼ਸਤਰ ਵਿੱਦਿਆ ਦੀ ਦਾਤ ਹੈ ਉਹ ਇਹਨਾਂ ਨੇ ਪ੍ਰਾਪਤ ਕੀਤੀ ਹੈ। ਸੋ ਹੈਲੋ ਕੋਈ ਨਹੀਂ ਆ
ਸਾਰੇ ਇੱਕ ਇੱਕ ਕਰਕੇ ਆਉਂਦੇ ਜਾਇਓ, ਕੋਈ ਬੱਚਾ ਰਹਿ ਨਾ ਜਾਏ ਔਰ ਕਿਸੇ ਨੂੰ ਡਬਲ ਨਾ ਚਲਾ ਜਾਏ, ਇਹ ਵੀ ਧਿਆਨ ਰੱਖਣਾ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਆਓ ਜੀ ਜਸਪਾਲ ਵੀਰ ਜੀ ਅੱਗੇ ਆਓ ਨਾ, ਜਸਪਾਲ ਜੀ ਅੱਗੇ ਆਓ। ਹਰਭਜਨ ਵੀਰ ਜੀ ਬੇਨਤੀ ਹੈ, ਗੁਰਦੁਆਰਾ ਸੀ ਬਲਾਕ ਤੋਂ ਰਿਪ੍ਰੈਜੈਂਟ ਕਰ ਰਹੇ ਹੋ, ਤੁਸੀਂ ਅੱਗੇ ਰਹੋ। ਜਸਪਾਲ ਸਿੰਘ ਜੀ ਤੁਹਾਡੇ ਨਾਲ ਨੇ, ਬੱਚਿਆਂ ਨੂੰ ਹੌਸਲਾ ਅਫਜਾਈ ਕਰਨਾ। ਗੁਰਦੁਆਰਾ ਰਾਮਗੜੀਆ ਸਭਾ ਤੋਂ ਅਵਨੀਤ ਸਿੰਘ ਵਿਲਖੂ ਜੀ ਅਤੇ ਨਾਲ ਹੀ ਵਿਕਰਮ ਸਿੰਘ ਮਠਾਰੂ ਜੀ ਆਏ ਨੇ, ਇਹਨਾਂ ਨੇ ਮਾਣ ਵਧਾਇਆ ਅਤੇ ਆ ਕੇ, ਸੋ ਇਹਨਾਂ ਦਾ ਵੀ ਜੀ ਆਇਆਂ ਸਤਿਕਾਰ ਹੈ। ਗੁਰਦਵਿੰਦਰ ਸਿੰਘ ਬਾਜਵਾ ਸਾਹਿਬ, ਬਾਜਵਾ ਸਾਹਿਬ ਕਿਰਪਾ ਕਰਕੇ ਅੱਗੇ ਆ ਜਾਓ। ਬਾਜਵਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਦੇ ਕੈਸ਼ੀਅਰ ਸਾਹਿਬ ਨੇ, ਉਹਨਾਂ ਨੂੰ ਬੇਨਤੀ ਹੈ। ਸਰਦਾਰ ਸੁਦਰਸ਼ਨ ਸਿੰਘ ਟੱਕਰ ਜੀ ਉਹ ਵੀ ਜੇਕਰ ਇੱਥੇ ਨੇ ਤਾਂ ਕਿਰਪਾ ਕਰਕੇ ਅੱਗੇ ਆ ਜਾਣ, ਸਰਦਾਰ ਸੁਦਰਸ਼ਨ ਸਿੰਘ ਟੱਕਰ ਜੀ। ਸੋ ਇੱਕ ਕਰਮਜੀਤ ਸਿੰਘ ਨੂੰ ਵੀ ਦੇ ਦਿਓ। ਆਓ ਜੀ ਜਥੇਦਾਰ ਸਾਹਿਬ। ਬੋਲੇ ਸੋ ਨਿਹਾਲ। ਸੋ ਕੋਈ ਬੱਚਾ ਅਗਰ ਰਹਿ ਗਿਆ ਹੋਵੇ ਤਾਂ ਉਹਦੇ ਤੋਂ ਅਸੀਂ ਖਿਮਾ ਮੰਗਦੇ ਹਾਂ। ਮੈਂ ਬੇਨਤੀ ਕਰਨ ਜਾ ਰਿਹਾ ਵੀਰ ਸਤਵਿੰਦਰ ਸਿੰਘ ਜੀ, ਜੋ ਕਿ ਸਪੈਸ਼ਲ ਸਟਾਫ ਤੋਂ ਆਏ ਨੇ ਦਿੱਲੀ ਪੁਲਿਸ ਤੋਂ, ਔਰ ਪੂਰਾ ਇਹ ਸਮਾਗਮ ਇਹਨਾਂ ਨੇ ਵਾਚ ਕੀਤਾ, ਔਰ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਇੱਕ ਸਰੋਪਾ ਹਾਂਜੀ ਸਰਦਾਰ ਹਰਭਜਨ ਸਿੰਘ ਜੀ, ਔਰ ਮੈਂ ਬੇਨਤੀ ਕਰਾਂਗਾ ਸਮੁੱਚੀ ਟੀਮ ਨੂੰ ਕਿ ਅਸੀਂ ਇੱਕ ਸਾਡੇ ਸਿੱਖ ਭਰਾ, ਜੋ ਕਿ ਸਾਨੂੰ ਮਾਣ ਹੈ, ਸਾਡੇ ਗੁਰਸਿੱਖ ਵੀਰ ਸਪੈਸ਼ਲ ਸਟਾਫ ਸੀ ਆਈ ਡੀ ਚੋਂ ਇੱਥੇ ਅਪੁਆਇੰਟ ਹੋਏ ਨੇ, ਔਰ ਇਹ ਵੈਸਟ ਦਿੱਲੀ ਦੇ ਇੰਚਾਰਜ ਨੇ, ਸਾਡੇ ਵਿਚਕਾਰ ਨੇ। ਮੈਂ ਬੇਨਤੀ ਕਰਾਂਗਾ ਅਸੀਂ ਇੱਕ ਗੁਰਦੁਆਰਾ ਸਾਹਿਬ ਵੱਲੋਂ ਇਹਨਾਂ ਦਾ ਸਤਿਕਾਰ ਕਰਨਾ। ਸੋ ਅਵਨੀਤ ਜੀ ਤੁਸੀਂ ਵੀ ਆ ਜਾਓ, ਵਿਕਰਮ ਸਿੰਘ ਮਠਾਰੂ ਜੀ ਤੁਸੀਂ ਵੀ ਨਾਲ ਆ ਜਾਓ, ਅਤੇ ਗੁਰਦੁਆਰਾ ਸੀ ਬਲਾਕ ਨੂੰ ਰਿਪ੍ਰੈਜੈਂਟ ਕਰ ਰਹੇ ਹੈ ਐੱਮ ਐੱਸ ਬਲਾਕ ਦੀ ਕਮੇਟੀ, ਸਾਰਿਆਂ ਨੂੰ ਅਸੀਂ ਇੱਥੇ ਇਹਨਾਂ ਨੂੰ ਮਿਲ ਕੇ ਅਸੀਂ ਸਤਿਕਾਰ ਕਰਾਂਗੇ। ਇਹ ਬੇਟੇ ਨੂੰ ਮੰਨਤ ਨੂੰ ਦੇ ਦਿਓ, ਮੰਨਤ ਆ ਜਾ ਬੇਟਾ। ਬੋਲੇ ਸੋ ਨਿਹਾਲ। ਇਹ ਅੰਗਦ ਜਿਹੜਾ ਸਾਡਾ ਬੇਟਾ ਹੈ ਨਾ, ਇਹ ਸਾਰੀ ਟਰੋਫੀ ਜਿਹੜੀ ਹੈ ਅੱਜ ਇਹਨਾਂ ਵੱਲੋਂ, ਇਹਨਾਂ ਦੇ ਪਰਿਵਾਰ ਵੱਲੋਂ, ਟਿਵਾਣਾ ਪਰਿਵਾਰ ਵੱਲੋਂ ਸੇਵਾ ਹੋਈ ਹੈ, ਸੋ ਇਹਨਾਂ ਵਾਸਤੇ ਇੱਕ ਜੈਕਾਰਾ ਲਾਇਓ। ਬੋਲੇ ਸੋ ਨਿਹਾਲ। ਸੋ ਇੱਕ ਟਰੋਫੀ ਅਤੇ ਇੱਕ ਗੁਰੂ ਘਰ ਦੀ ਸਰੋਪੇ ਦੀ ਬਖਸ਼ਿਸ਼, ਸਾਨੂੰ ਮਾਣ ਹੈ ਸਾਡਾ ਸਿੱਖ ਭਰਾ ਇੱਕ ਐਸੀ ਪੋਸਟ 'ਤੇ ਹੈ ਕਿ ਅੱਜ ਸਾਡੇ ਵਿਚਕਾਰ ਨੇ, ਇੱਥੇ ਇਸ ਪ੍ਰੋਗਰਾਮ ਨੂੰ ਵਾਚ ਕਰ ਰਹੇ ਸੀ, ਅਸੀਂ ਇਹਨਾਂ ਨੂੰ ਜੀ ਆਇਆਂ ਕਰਦੇ ਹਾਂ। ਸੋ ਇੱਕ ਸਰੋਪਾ ਅਤੇ ਇੱਕ ਮੋਮੈਂਟੋ ਸਰਦਾਰ ਸਤਵਿੰਦਰ ਸਿੰਘ ਜੀ ਸਪੈਸ਼ਲ ਸਟਾਫ ਸੀ ਆਈ ਡੀ ਤੋਂ ਦਿੱਲੀ ਪੁਲਿਸ ਅਸੀਂ ਇਹਨਾਂ ਨੂੰ ਦੇ ਰਹੇ ਹਾਂ। ਸੋ ਬੇਨਤੀ ਕਰਾਂਗਾ ਸਰਦਾਰ ਹਰਭਜਨ ਸਿੰਘ ਜੀ ਉਹ ਇੱਕ ਸਰੋਪਾ ਪਾਣਗੇ, ਨਾਲ ਕੰਬੋਜ ਸਾਹਿਬ, ਬੱਬੂ ਵੀਰ ਜੀ ਸਾਰੇ ਆ ਜਾਓ ਅੱਗੇ ਆਓ। ਬੋਲੇ ਸੋ ਨਿਹਾਲ। ਇੱਕ ਮੋਮੈਂਟੋ ਇਹਨਾਂ ਨੂੰ। ਬੋਲੇ ਸੋ ਨਿਹਾਲ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੱਲੋਂ ਪੂਰਾ। ਇੱਥੇ ਸਾਨੂੰ ਜਿਵੇਂ ਇੰਸਟਰਕਸ਼ਨ ਗੌਰਮੈਂਟ ਵੱਲੋਂ ਸੀ, ਪੁਲਿਸ ਵੱਲੋਂ ਸੀ, ਉਹ ਇਹਨਾਂ ਨੇ ਸਾਨੂੰ ਦਿੱਤੀ, ਔਰ ਅਸੀਂ ਇਹਨਾਂ ਨੂੰ ਫੋਲੋ ਕਰਦੇ ਹੋਏ ਇਸ ਦੇਸ਼ ਦੇ ਲਈ, ਇਸ ਕੌਮ ਦੇ ਲਈ ਅਸੀਂ ਮਾਣ ਵਧਾਉਂਦੇ ਹੋਏ ਇਹ ਸਮਾਗਮ ਕੀਤਾ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਸਾਰਿਆਂ ਨੂੰ ਜਿੱਥੇ ਜੀ ਆਇਆਂ ਕਰਦਾ, ਸਤਿਕਾਰ ਕਰਦਾ, ਧੰਨਵਾਦ ਕਰਦਾ, ਸਾਰਿਆਂ ਨੂੰ ਬੇਨਤੀ ਹੈ ਕਿ ਗਰੁੱਪ ਫੋਟੋ ਅਸੀਂ ਲੈਣੀ ਹੈ। ਸੋ ਜਿਹੜੇ ਇਹ ਬੱਚੇ ਨੇ ਛੋਟੇ ਅੱਗੇ ਬਹਿ ਜਾਣਗੇ, ਔਰ ਜਿਹੜੇ ਵੱਡੇ ਨੇ ਇਹਨਾਂ ਦੇ ਪਿੱਛੇ ਨਾਲ ਖੜੇ ਹੋਣਗੇ। ਸੋ ਇਹਨਾਂ ਦੇ ਨਾਲ ਜਿਹੜੇ ਵੀ ਬੱਚੇ ਨੇ, ਜਿਹਨਾਂ ਨੂੰ ਵੀ ਮੋਮੈਂਟੋ ਮਿਲਿਆ, ਉਹ ਬੱਚੇ ਇੱਧਰ ਆ ਜਾਣ। ਸੋ ਸਾਰੇ ਤੁਸੀਂ ਅੱਗੇ ਪਹੁੰਚੋ, ਔਰ ਗਰੁੱਪ ਫੋਟੋ ਅਸੀਂ ਲੈਣੀ ਹੈ। ਮੈਂ ਆਪਣੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਗੁਰਦੁਆਰਾ ਸੀ ਬਲਾਕ ਦੇ, ਗੁਰਦੁਆਰਾ ਰਾਮਗੜੀ ਸਭਾ ਸਾਰਿਆਂ ਨੂੰ ਬੇਨਤੀ ਕਰਾਂਗਾ ਅਸੀਂ ਨਾਲ ਚੱਲ ਕੇ ਇੱਥੇ ਗਰੁੱਪ ਫੋਟੋ ਲੈਣੀ ਹੈ। ਰਹਿੰਦੇ
ਇਹ ਸਿਰਫ ਇੱਥੇ ਜਿਹੜੇ ਬੱਚਿਆਂ ਨੇ ਪਾਰਟੀਸਪੇਟ ਕੀਤਾ, ਨਾਲ ਹੋ ਜਾਓ ਬੇਟਾ, ਨਾਲ ਹੋ ਜਾਓ, ਇਹ ਅਖਾੜੇ ਦੇ ਬੱਚੇ ਤੁਸੀਂ ਵੀ ਨਾਲ ਹੋ ਜਾਓ ਬੇਟਾ, ਨਾਲ ਹੋ ਜਾਓ। ਅੰਗਦ ਵਿੰਕਲ ਪਿੱਛੇ ਇੱਧਰ ਆਓ ਨਾ, ਇੱਧਰ ਆ ਜਾਓ, ਇਸ ਪਾਸੇ ਆ ਜਾਓ। ਵਿੰਕਲ ਉਹ ਬੁਲਾ ਰਹੇ ਨੇ ਜਿੱਥੇ, ਜਿਹੜਾ ਕੋਈ ਛੋਟਾ ਬੱਚਾ ਹੈ ਬੇਟਾ ਅੱਗੇ ਆ ਜਾਓ। ਬੋਲੇ ਸੋਨਿਹਾ, ਸੋ ਆਪ ਸਮੁੱਚੀ ਸੰਗਤ ਨੂੰ ਅੱਜ ਦੇ ਇਸ ਮਹਾਨ ਦਿਹਾੜੇ ਦੀ, ਮੀਰੀ ਪੀਰੀ ਦਿਵਸ ਦੀ ਬਹੁਤ ਬਹੁਤ ਵਧਾਈ। ਸੱਚੇ ਪਾਤਸ਼ਾਹ ਕਿਰਪਾ ਕਰੇ, ਹਲੇ ਕਈ ਬੱਚੇ ਖਾਲਸਾ ਸ਼ਬਦ ਚੌਂਕੀ ਸੇਵਕ ਜੱਥੇ ਦੇ ਬੱਚਿਆਂ ਨੇ ਸਿਰਫ ਇੱਕ ਮਹੀਨੇ ਦੀ ਕਲਾਸ ਲਈ ਹੈ, ਮਗਰ ਤੁਹਾਨੂੰ ਇਹਨਾਂ ਦੇ ਬਰਾਬਰ ਸਤਿਕਾਰ ਮਿਲਿਆ। ਸੋ ਜਿਨ੍ਹਾਂ ਨੇ ਵੀ ਅੱਗੇ ਇਹਨੂੰ ਵਧਾਉਣਾ ਹੈ, ਰੁਕਣਾ ਨਹੀਂ ਹੈ, ਠੀਕ ਹੈ ਨਾ, ਇਹ ਨਾ ਸੋਚਣਾ ਤੁਸੀਂ ਕੋਈ ਬਹੁਤ ਵੱਡਾ ਮੈਡਲ ਅਜੇ ਹਾਸਲ ਕਰ ਲਿਆ, ਇਹਨੂੰ ਅੱਗੇ ਵਧਾਉਣਾ ਹੈ। ਸਾਡੇ ਸਿੱਖ ਪੰਥ ਦੀ ਕੌਮ ਦੀ ਸ਼ਾਨ ਹੈ ਜਿਹੜੀ, ਉਹ ਇਹ ਅਖਾੜਾ ਹੈ, ਇਹ ਗੱਤਕਾ ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਸ਼ਸਤਰ ਵਿੱਦਿਆ ਵਾਸਤੇ ਐਲਾਨ ਕੀਤਾ ਸੀ, ਔਰ ਅੱਜ ਮੀਰੀ ਦੀ ਔਰ ਪੀਰੀ ਦੀ ਦੋ ਤਲਵਾਰਾਂ ਪਾਈਆਂ ਸੀ। ਅੱਜ ਦੇ ਇਸ ਮਹਾਨ ਦਿਹਾੜੇ ਦੀ, ਮੀਰੀ ਪੀਰੀ ਦਿਵਸ ਦੀ ਆਪ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਬੋਲੇ ਸੋ ਨਿਹਾਲ। ਸੋ ਕਿਸੇ ਵੱਲੋਂ, ਪ੍ਰਬੰਧਕਾਂ ਵੱਲੋਂ ਕੋਈ ਭੁੱਲ ਚੁੱਕ ਹੋ ਗਈ ਹੋਏ, ਖਿਮਾ ਮੰਗਦੇ ਹਾਂ, ਵਾਅਦੇ ਘਾਟੇ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੈ, ਗੁਰਦੁਆਰਾ ਸਾਹਿਬ ਚੱਲ ਕੇ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ, ਸਾਰਿਆਂ ਨੂੰ ਬੇਨਤੀ ਹੈ ਲੰਗਰ ਛੱਕ ਕੇ ਜਾਣਾ।